ਗੁਰਦਾਸਪੁਰ ਦੇ ਪਿੰਡ ਚੌੜ ਸਿੱਧਵਾਂ ਦੇ ਵਿੱਚ ਪੰਜਾਬ ਪੁਲਿਸ ਦੇ ਵਿੱਚ ਤੈਨਾਤ ਹਵਲਦਾਰ ਹਰਦੀਪ ਸਿੰਘ ਦੀ ਬੇਟੀ ਨਵਦੀਪ ਕੌਰ ਦੀ ਭੇਤ ਭਰੇ ਹਾਲਾਤਾਂ ਦੇ ਵਿੱਚ ਮੌਤ ਹੋ ਗਈ ਹੈ। ਪਰ ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਇਆ ਕਿ ਮ੍ਰਿਤਕ ਨਵਦੀਪ ਕੌਰ ਵਾਸੀ ਚੌੜ ਸਿੱਧਵਾਂ ਦਾ ਵਿਆਹ ਨਿਰਵੈਰ ਸਿੰਘ ਵਾਸੀ ਲੱਖੋਵਾਲ ਦੇ ਨਾਲ ਹੋਇਆ ਸੀ। ਵਿਆਹ ਤੋਂ 4 ਮਹੀਨੇ ਬਾਅਦ ਹੀ ਸਹੁਰਾ ਪਰਿਵਾਰ ਨੇ ਦਾਜ ਦਹੇਜ ਦੇ ਲਈ ਮੰਗ ਕਰਨੀ ਸ਼ੁਰੂ ਕਰ ਦਿੱਤੀ ਸੀ ਅਤੇ ਕੁੜੀ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸੀ ਅਤੇ ਉਸ ਨਾਲ ਮਾਰਕੁੱਟ ਵੀ ਕੀਤੀ ਜਾਂਦੀ ਸੀ। ਕਈ ਵਾਰ ਥਾਣੇ ਦੇ ਵਿੱਚ ਬੈਠ ਕੇ ਫੈਸਲਾ ਵੀ ਕੀਤਾ ਗਿਆ ਅਤੇ ਨਵਦੀਪ ਕੌਰ ਦੇ ਗਰਭਵਤੀ ਹੋਣ ਤੋਂ ਬਾਅਦ ਅੱਜ ਉਸਦਾ ਫਿਰ ਤੋਂ ਮਾਰਕੁਟਾਈ ਕੀਤੀ ਗਈ ਅਤੇ ਉਸ ਬੱਚੇ ਨੂੰ ਕੁੱਖ ਵਿੱਚ ਹੀ ਮਾਰ ਦਿੱਤਾ ਗਿਆ, ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ ਹੈ। ਇਸ ਮਾਮਲੇ ਦੇ ਵਿੱਚ ਪੁਲਿਸ ਦਾ ਕਹਿਣਾ ਕਿ ਸਾਡੇ ਕੋਲੋਂ ਮਾਮਲਾ ਆਇਆ ਸੀ ਕਿ ਨਵਦੀਪ ਕੌਰ ਦੇ ਸਹੁਰਾ ਦਾਜ ਪਰਿਵਾਰ ਦੀ ਮੰਗ ਕਰਦੇ ਸਨ। ਉਸ ਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ ਸੀ ਅਤੇ ਉਸਦੀ ਮਾਰਕੁਟਾਈ ਵੀ ਕੀਤੀ ਜਾਂਦੀ ਸੀ, ਜਿਸ ਦੇ ਨਾਲ ਉਸਦੇ ਬੱਚੇ ਅਤੇ ਉਸਦੀ ਮੌਤ ਹੋ ਗਈ ਹੈ। ਪੁਲਿਸ ਦਾ ਕਹਿਣਾ ਕਿ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਮੇਰੀ ਧੀ ਨੂੰ ਮਾਰਦੇ ਕੁੱਟਦੇ ਬੜਾ ਹੀ ਜੋ ਵਿਆਹੀ ਨਾਨ ਜਸਬੀਰ ਕੌਰ, ਬਲਜਿੰਦਰ ਕੌਰ, ਕੁਲਵੰਤ ਕੌਰ ਦੀ ਸੱਸ, ਘਰਵਾਲਾ ਨਰਵੈਲ ਸਿੰਘ, ਹਾਂਜੀ ਉਹ ਨਾ ਮਗਰ ਬੜਾ ਲੱਗਾ ਸੀ ਮੇਰੀ ਧੀ ਦੇ ਹੱਥੋਂ ਚੂੜਾ ਵੀ ਲਵਾ ਲਿਆ ਆਪਣੀ ਭੈਣ ਦੇ ਮਗਰ ਲਾ ਕੇ ਤੇ ਭੈਣ ਦੇ ਹੱਥੀ ਪਵਾ ਤਾ। ਮੇਰਾ ਸਹੁਰਾ ਉਹਦਾ ਉਹ ਕੰਜਰਾਂ ਦਾ ਤੂੰ ਬੰਦੇ ਮਰਵਾਉਣੀ ਆ, ਉਹਨਾਂ ਦਾ ਘਰ ਦਾ ਕੋਈ ਬੰਦਾ ਨਹੀਂ ਮਰਿਆ, ਮੇਰੀ ਧੀ ਤਾਂ ਮਰ ਗਈ ਨਾ, ਮੇਰੀ ਧੀ ਦਾ ਬੱਚਾ ਵੀ ਮਰਿਆ। ਮੇਰੀ ਧੀ ਤੰਗ ਕਰਦਾ ਸੀ, ਕਹਿੰਦਾ ਸੀ ਵੀ ਤੇਰੇ ਪਿਓ ਨੇ ਗੱਡੀ ਕਿਉਂ ਨਹੀਂ ਦਿੱਤੀ, ਪੁਲਿਸ 'ਚ ਮੁਲਾਜ਼ਮ ਗੱਡੀ ਨਹੀਂ ਦਿੱਤੀ ਤੇ 11 ਲੱਖ ਰੁਪਇਆ ਲਿਆ ਤਾਂ ਮੈਨੂੰ ਬਾਹਰ ਲੈ ਕੇ ਚੱਲ। ਮੇਰੀ ਧੀ ਕਿੱਥੇ ਬਾਹਰ ਖੜਦੀ, ਮੇਰੇ ਕੋਲ 11 ਲੱਖ ਨਹੀਂ, ਮੈਂ ਤਾਂ ਆਪ ਮਾਰ ਰਹੀ ਹਾਂ ਪਹਿਲਾਂ, ਫਿਰ ਮੈਂ 10-20 ਲੱਖ ਰੁਪਇਆ ਵਿਆਹ 'ਤੇ ਲਾਇਆ, ਹੁਣ ਮੈਂ ਕਿੱਥੋਂ ਇਹਨੂੰ 11 ਲੱਖ ਦਿੰਦੀ ਕੰਜਰ ਨੂੰ। ਸੱਸ ਨੇ ਗੁੱਤੋਂ ਫੜੀ ਆ, ਕਿਸੇ ਘਰ ਆਈ ਮੇਰੀ ਧੀ, ਕਹਿੰਦੀ ਵੀਰ ਮੈਨੂੰ ਗਾਹ ਕਰ, ਉਹ ਆਉਂਦਾ ਵੀ ਮੈਂ ਗਾਹ ਕਰਨ ਕਿੱਦਾਂ ਤੈਨੂੰ ਜਾਵਾਂ, ਮੈਨੂੰ ਪੈ ਜਾਣਗੇ। ਉਹਨੇ ਫੋਨ ਦਿੱਤਾ ਦੀ ਮੰਮੀ ਮੈਂ ਨਵਤੇਜ ਦੇ ਫੋਨ ਤੋਂ ਫੋਨ ਕਰਨ ਡਈ ਹਾਂ, ਮੈਨੂੰ ਮੇਰਾ ਤੰਗ ਕਰਨ ਡਈ, ਧੀਏ ਘਰ ਆ ਜਾ। ਕਹਿੰਦੀ ਮੰਮੀ ਮੈਂ ਨਹੀਂ ਆਉਣਾ, ਮੈਨੂੰ ਨਹੀਂ ਆਉਣ ਦਿੰਦੇ। ਸੱਸ ਗੁੱਤੋਂ ਧੂ ਕੇ ਅੰਦਰ ਲੈ ਗਈ, ਜੇਠ ਨੇ ਫੜ ਕੇ ਫੋਨ ਖੋਇਆ, ਹੱਥਾਂ ਪੇਟ 'ਚ ਮਾਰੀਆਂ, ਉਹ ਜ਼ਹਿਰ ਅੰਦਰ ਬੱਚਾ ਜਿਹੜਾ ਸੀ ਉਹ ਡੈਡ ਹੋ ਗਿਆ, ਮੇਰੀ ਧੀ ਦੇ ਅੰਦਰ ਜ਼ਹਿਰ ਫੈਲਰ ਗਿਆ, ਮੇਰੀ ਧੀ ਦੇ ਅੰਦਰ ਜ਼ਹਿਰ ਫੈਲਰ ਨਾਲ ਮੇਰੀ ਧੀ ਖਤਮ ਹੋਈ ਆ। ਦੱਸਿਆ ਨਹੀਂ ਮੈਨੂੰ ਤਾਂ ਚੁੱਪ ਕੀਤੇ, ਹਸਪਤਾਲ ਲੈ ਗਏ ਸਾਨੂੰ, ਡੀਕਿਆ ਹੀ ਨਹੀਂ, ਉੱਥੇ ਲੈ ਗਏ ਸੀ ਮਗਰ ਗਏ ਆ। ਜਦੋਂ ਇਹਨਾਂ ਨੇ ਇੱਥੋਂ ਖੜੀ ਨਾ, ਉਹਨੂੰ ਢਿੱਲੋਂ ਡਾਕਟਰ ਨੇ ਦੱਸਿਆ, ਅਸੀਂ ਢਿੱਲੋਂ ਡਾਕਟਰ ਨੂੰ ਕਿਹਾ ਵੀ ਸਾਡੀ ਬੇਟੀ ਦਾ ਚੱਜ ਨਾਲ ਧਿਆਨ ਰੱਖੀ, ਉਹਨੇ ਦੱਸਿਆ ਵੀ ਤੁਹਾਡੀ ਬੇਟੀ ਇਸ ਤਰ੍ਹਾਂ ਬਹੁਤ ਜ਼ਿਆਦਾ ਸੀ, ਉਹਨੂੰ ਲੈ ਗਏ ਆ, ਅਸੀਂ ਮਗਰ ਗੱਡੀ ਲੈ ਕੇ ਗਏ ਆ, ਜਾਂਦਿਆਂ ਨੂੰ ਸਾਡੀ ਧੀ ਉੱਥੇ ਸੁੱਟੀ। ਮੈਂ 2 ਦਿਨ ਜਿਹਾ ਹੋ ਗਿਆ ਧੀ ਦੇ ਮਗਰ ਰੋਲਦੀ ਨੂੰ, ਸਾਫ਼ ਚਾਹੀਦਾ ਮੇਰੇ, ਸਾਫ਼ ਚਾਹੀਦਾ ਸਾਰੇ ਹੁਣ ਅੰਦਰ ਹੋਣੇ ਚਾਹੀਦੇ, ਇਹਦੀ ਧੀ ਵੀ ਇਸ ਤਰ੍ਹਾਂ ਰੁਲੇ ਜਿਸ ਤਰ੍ਹਾਂ ਮੇਰੀ ਰੋਲੀ ਆ। ਭਾਜੀ ਕੁੜੀ ਨੂੰ ਕੁੱਟਦੇ ਮਾਰਦੇ ਸੀ ਜੀ, ਪਹਿਲਾਂ ਵੀ ਇਹ ਕੁੱਟਦੇ ਮਾਰਦੇ, ਕੁੜੀ ਸਾਡੇ ਘਰ ਆ ਗਈ, ਠੀਕ ਆ, ਇਹ ਮੁੰਡਾ ਮਰਨ ਦੀਆਂ ਧਮਕੀਆਂ ਦਿੰਦੀਆਂ ਵੀ ਮਰ ਜਾਣਾ ਜਿਵੇਂ ਕੁੜੀ ਨਾ ਘੱਲੀ ਮਰਨਾ, ਤੇ ਫਿਰ ਅਸੀਂ ਲਿਖਾ ਲਿਆ ਦੇਖੋ ਵੀ ਜੇ ਸਾਡੀ ਕੁੜੀ ਨੂੰ ਤੁਸੀਂ ਕੁਛ ਵੀ ਕਿਹਾ ਤਾਂ ਜ਼ਿੰਮੇਵਾਰ ਹੋਵੋਗੇ, ਠੀਕ ਆ। ਮੁੰਡੇ ਨੇ ਇਹ ਲਿਖਿਆ ਵਾ, ਸਾਡੇ ਕੋਲ ਸਬੂਤ ਵੀ ਹੈਗਾ ਵਾ ਵੀ ਮੇਰੀ ਮਾਂ, ਮੈਂ ਅਤੇ ਮੇਰੀ ਭੈਣ ਜ਼ਿੰਮੇਵਾਰ ਹੋ ਗਈ ਇਹਦੀ ਮੌਤ ਦੀ, ਜੋ ਵੀ ਹੋਏ ਇਹਦੇ ਜ਼ਿੰਮੇਵਾਰ ਹੋਵਾਂਗੇ। ਅਤੇ ਇਹਨੂੰ ਬਹੁਤ ਮਾਰਦੇ ਕੁੱਟਦੇ, ਉੱਦਣ ਕੁਛ ਇਹਨਾਂ ਨੇ ਜ਼ਿਆਦਾ ਹਦਾਇਤ ਕੀਤੀ ਆ, ਕੁੜੀ ਦੌੜ ਕੇ ਕਿਸੇ ਦੇ ਘਰ ਗਈ ਹੈ, ਠੀਕ ਆ, ਉਹ ਉੱਥੇ ਵੀ ਉਹਨੂੰ ਮਾਰਨ ਪਏ ਆ। ਨਨਾਣ ਨੇ ਭਾਅ ਜੀ ਬਹੁਤ ਕੁੱਟਿਆ ਉਹਦੇ ਬੱਚੇ ਦੇ ਕਾਰਨ ਜੋ ਅੰਦਰ ਪ੍ਰੈਗਨੈਂਸੀ ਸੀ, ਅਤੇ ਭਾਅ ਜੀ ਉਹਦੇ ਜ਼ਹਿਰ ਫੈਲ ਗਿਆ ਅੰਦਰ, ਬੱਚਾ ਡੈੱਡ ਹੋ ਗਿਆ, ਅਤੇ ਉਹਦੇ ਕਰਕੇ ਉਹਦੀ ਹਾਲਤ ਇੰਨੀ ਵਿਗੜ ਚੁੱਕੀ ਕਿ ਸਾਰੇ ਸਰੀਰ 'ਚ ਐਸਿਡ ਹੋ ਗਿਆ ਭਾਅ ਜੀ, ਠੀਕ ਹੈ ਨਾ। ਅਤੇ ਕੱਲ੍ਹ ਪਰਸੋਂ ਦੇ ਆਈ ਸੀ ਜੂ 'ਚ ਆ, ਅਤੇ ਹੁਣ ਅਸੀਂ ਪਰਸੋਂ ਦੇ ਉੱਥੇ ਨਾਲ ਹਾਂ, ਅਤੇ ਅੱਜ ਇਹਨਾਂ ਦੀ ਡੈੱਥ ਹੋ ਗਈ ਆ, ਅਸੀਂ ਜਾ ਕੇ ਵੇਖਿਆ ਕੁੜੀ ਦੀ ਡੈੱਥ ਹੋਈ ਆ। ਉਹ ਭਾਅ ਜੀ ਮੁੰਡਾ ਆਪ ਉੱਥੇ ਮਗਰ ਵੀ ਨਹੀਂ ਗਿਆ, ਹੁਣ ਵੀ ਨਹੀਂ ਮੁੰਡਾ ਇੱਥੇ ਨਾਲ ਆਇਆ। ਦਾਜ ਵੀ ਭਾਅ ਜੀ ਇਹਨਾਂ ਨੂੰ ਪੂਰਾ ਦਿੱਤਾ, ਇਹ ਸੋਚਦੇ ਸੀ ਵੀ
ਇਹਨਾਂ ਦਾ ਪਿਓ ਵੀ ਪੁਲਿਸ 'ਚ ਗੱਡੀ ਮੰਗਦੇ, ਗੱਡੀ ਨਹੀਂ ਦਿੱਤੀ, ਕਹਿੰਦਾ ਮੈਨੂੰ 11 ਲੱਖ ਰੁਪਇਆ ਦਿਓ, ਮੈਂ ਬਾਹਰ ਜਾਣਾ ਵਾ। ਇਹ ਦਾਜ ਦੇ ਭਾਈ ਲੋਭੀ ਨੇ ਬੜੇ ਤਗੜੇ, ਇਹਨਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ। ਲੱਖੋ ਲੜਕੀ ਅਮਨਦੀਪ ਕੌਰ ਜਿਹੜੀ ਬਿਮਾਰ ਅਚਾਨਕ ਬਿਮਾਰ ਹੋ ਗਈ ਸੀ, ਇਹਨੇ ਢਿੱਲੋਂ ਦਸਤਕ ਕਰਾਤਾ 11/11/17 ਨੂੰ, ਉੱਥੋਂ ਸੀਰੀਅਸ ਹੋਣ ਕਰਕੇ ਇਹਦੀ ਮੌਤ ਹੋ ਗਈ ਆ ਲੜਕੀ ਦੀ। ਅਤੇ ਲੜਕੇ ਚਾਚਾ ਦੇ ਬਿਆਨ 'ਤੇ ਕਾਰਵਾਈ ਅਮਲੀ ਲਿਆਂਦੀ ਜਾਵੇਗੀ। ਇਹਨਾਂ ਨੇ ਬਲੇਮ ਲਾਇਆ ਵੀ ਦਾਜ ਬਈ ਦਾਜ ਦੀ ਗੱਲ ਕੋਈ ਸਾਹਮਣੇ, ਲੜਕੀ ਜਿਹੜੀ ਮੌਤ ਹੋਈ ਹੈ ਪੋਸਟਮਾਰਟਮ ਕਰਾਉਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ। ਗੁਰਦਾਸਪੁਰ ਤੋਂ ਭੋਪਾਲ ਸਿੰਘ ਦੀ ਰਿਪੋਰਟ, ਜਗਤ ਸੇਵਕ, ਵੈਬ ਟੀਵੀ।